किसान मजदूर संघर्ष कमेटी पंजाब की अगवाई हेठ अज सैकड़े किसान मजदूर बीवियां ते बच्चियां वालों जीरा शहर विच रोस मार्च करदे मेन चौंक विच नरेंद्र मोदी अनिल अंबानी ते गौतम अडानी का पुतला फूक के रोस मुजाहरा करते हुए नारेबाजी की। रोस मुजाहरे नूं संबोधन करदिआं जिला प्रधान इंद्रजीत सिंह बाठ जिला मीत सकत्तर रणबीर सिंह ठट्ठा ने कहा कि इस मौके देश ते जो सब तो वड्डा खतरा मंडरा रहा है वह भाजपा सरकार का है ते तीन वड्डे रावण रूपी राक्षस अडानी अंबानी ते मोदी देश की जनता ते खासकर किसानां नूं खाण लई मूँह अड्डी खड़े हन। देश के लोगों नूं पता भी नहीं लगन दिता जाएगा कि कदों ये देश की सारी प्रॉपर्टी ते किसानां दीआं जमीनां खा जाणगे। किसान विरोधी आर्डिनेंस दे ते पिछले दो महीनों तो लड़ाई लड़ रहे किसान मजदूर जथेबंदियों के आगुआ ने कहा कि आर्डिनेंस खिलाफ मोदी सरकार नाल जंग जारी रहेगी ते नित दिन तिखी हुंदी जाएगी। ये काले कानून किसी भी कीमत ते पंजाब च लागू नहीं होण दित्ते जाणगे। मोदी सरकार दे गोडे टका के इस नूं रद्द करवा के करांगे। सानू अपनियां जानां दी भी कोई परवाह नहीं। इस जंग विच सानू सिरां दे सौदे भी करने पै गए तां ओह भी घाटे दा सौदा नहीं होवेगा, पर पंजाब विच किसी गैर नूं पैर नहीं पाउण देवांगे। ਵੀਰ ਜੀ, ਜੋ ਜਥੇਬੰਦੀ ਵੱਲੋਂ ਅੱਜ ਜੀਰਾ ਚੌਂਕ ਵਿੱਚ ਪੁਤਲਾ ਫੂਕਿਆ ਗਿਆ, ਇਹ ਕਿੰਨਾ ਦਾ ਫੂਕਿਆ ਗਿਆ ਅਤੇ ਕਿਉਂ ਫੂਕਿਆ ਗਿਆ? ਇਹ ਜਿਹੜਾ ਪੁਤਲਾ ਵਾ ਇਹ ਹੈਗਾ ਵਾ ਮੋਦੀ ਨਰਿੰਦਰ ਮੋਦੀ ਦਾ, ਅਡਾਨੀ ਦਾ, ਅੰਬਾਨੀ ਦਾ। ਇਹ ਫੂਕਿਆ ਇਸ ਕਰਕੇ ਗਿਆ ਵੀ ਜਿਹੜਾ ਇਹ ਰਾਵਣ ਰੂਪੀ ਰਾਵਣ ਨਾਲੋਂ ਹੀ ਭੈੜੇ ਆ, ਜਿਨ੍ਹਾਂ ਨੇ ਤਿੰਨ ਆਰਡੀਨੈਂਸ ਆ ਜਿਹੜੇ ਲਿਆਂਦੇ ਆ ਅਡਾਨੀ ਬਾਨੀ ਉਹਨਾਂ ਦੇ ਕਹਿਣ 'ਤੇ ਨਰਿੰਦਰ ਮੋਦੀ ਦੀ ਸਰਕਾਰ ਨੇ, ਉਹਦੇ ਵਿਰੋਧ ਵਿੱਚ ਫੂਕਿਆ ਗਿਆ, ਜਿਹੜੇ ਸਾਰੇ ਦੇਸ਼ ਨੂੰ ਬਿਨਾਂ ਕਿਸੇ ਦੱਸਿਆਂ ਪੁੱਛਿਆਂ ਬਿਨਾਂ ਕਿਸੇ ਗੱਲ ਤੋਂ ਡਕਾਰ ਜਾਣਗੇ। ਉਹਨਾਂ ਤੋਂ ਬਚਾਉਣ ਵਾਸਤੇ ਇਹਨਾਂ ਦਾ ਇੱਥੇ ਪੁਤਲਾ ਫੂਕਿਆ ਗਿਆ ਅਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਗਿਆ ਹੈ। ਇਸ ਕਰਕੇ ਇਹਨਾਂ ਦੇ ਵੀ ਜਿੰਨਾ ਚਿਰ ਉਹ ਤਿੰਨ ਆਰਡੀਨੈਂਸ ਖੇਤੀ ਆਰਡੀਨੈਂਸ ਆ ਜਿੰਨਾ ਚਿਰ ਰੱਦ ਨਹੀਂ ਹੁੰਦੇ ਉਹਨਾਂ ਚਿਰੇ ਸੰਘਰਸ਼ ਆ ਜਾਰੀ ਰਹੂਗਾ। ਹੁਣ 25 ਤਰੀਕ ਨੂੰ ਅਸੀਂ ਹਜ਼ਾਰਾਂ ਪਿੰਡਾਂ ਦੇ ਵਿੱਚ ਇਹਨਾਂ ਰਾਵਣ ਰੂਪੀ ਜਿਹੜੇ ਤਿੰਨ ਆਰਡੀ ਜਿਹੜੇ ਹੈਗੇ ਆ ਦਾਨੀ ਅਤੇ ਬਾਨੀ ਮੋਦੀ ਇਹ ਆਰਡੀਨੈਂਸਾਂ ਦੇ ਵਿਰੋਧ ਦੇ ਵਿੱਚ ਵੀ ਜਿੰਨਾ ਚਿਰ ਉਹ ਕੈਂਸਲ ਨਹੀਂ ਹੁੰਦੇ ਉਹ ਹਜ਼ਾਰਾਂ ਪਿੰਡਾਂ ਦੇ ਵਿੱਚ ਅਸੀਂ ਪੁਤਲੇ ਫੂਕਾਂਗੇ। 28 ਤਰੀਕ ਨੂੰ ਸਾਡੇ ਸੂਬੇ ਦੀ ਕੋਰ ਕਮੇਟੀ ਦੀ ਫਿਰ ਮੀਟਿੰਗ ਲੱਗ ਰਹੀ ਆ, ਉਸ ਤੋਂ ਬਾਅਦ ਸੰਘਰਸ਼ ਨੂੰ ਹੋਰ ਰੂਪ ਦੇ ਕੇ ਹੋਰ ਤੇਜ਼ ਕੀਤਾ ਜਾਊਗਾ। ਇੰਨੀਆਂ ਬੇਨਤੀਆਂ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜੋ ਜਥੇਬੰਦੀ ਵੱਲੋਂ ਅੱਜ ਜੀਰਾ ਚੌਂਕ ਵਿੱਚ ਪੁਤਲਾ ਫੂਕਿਆ ਗਿਆ। मैं राणा रणवीर सिंह ठट्ठा जिला मीत सकत्तर किसान मजदूर संघर्ष कमेटी पंजाब। अज असी जिहड़ा इत्थे पुतला फूक के जिहड़े इस टाइम ते जिन्हां तों देश नूं देश दी जनता नूं देश दे किसानां मजदूरां नूं खतरा, सब तो वड्डे जिहड़े रावण आ ਉਹ ਇਸ ਟਾਈਮ ਅਡਾਨੀ ਅੰਬਾਨੀ ਅਤੇ ਭਾਜਪਾ ਦੇ ਅਤੇ ਮੰਤਰੀ ਅਤੇ ਜਿਹੜਾ ਪ੍ਰਧਾਨ ਮੰਤਰੀ ਆ ਇਹਨਾਂ ਦਾ ਏਜੰਟ ਆ ਉਹਨਾਂ ਤੋਂ ਖਤਰਾ। ਅੱਜ ਅਸੀਂ ਇਹ ਸੰਕੇਤ ਦਿੱਤਾ, ਪੰਜਾਬ ਦੀ ਜਨਤਾ ਨੂੰ ਸੰਕੇਤ ਦਿੱਤਾ, ਪੰਜਾਬ ਦੇ ਲੋਕਾਂ ਨੂੰ ਸੰਕੇਤ ਦਿੱਤਾ ਕਿ ਜਿਹੜੇ ਸਭ ਤੋਂ ਵੱਡੇ ਰਾਵਣ ਆ ਇਸ ਟਾਈਮ 'ਤੇ ਇਹਨਾਂ ਨੂੰ ਸਪਾਇਆ ਕਰਨਾ ਪੈਣਾ, ਇਹਨਾਂ ਨੂੰ ਸਾਨੂੰ ਮਾਰਨਾ ਪੈਣਾ, ਇਹਨਾਂ ਨੂੰ ਖਤਮ ਕਰਨਾ ਪੈਣਾ, ਤਾਂ ਸਾਡੇ ਦੇਸ਼ ਦਾ ਭਲਾ ਹੋ ਸਕਦਾ, ਤਾਂ ਸਾਡੇ ਦੇਸ਼ ਦੀ ਜਿਹੜੀ ਜਨਤਾ ਉਹ ਬਚ ਸਕਦੀ ਹੈ। ਅਤੇ ਨਾਲ ਹੀ ਇਹਨਾਂ ਨੂੰ ਜਿਹੜਾ ਸੰਦੇਸ਼ ਦਿੱਤਾ, ਨਾਲ ਹੀ ਚੇਤਾਵਨੀ ਦਿੱਤੀ ਆ, ਇਹ ਜਿਹੜਾ ਬਦੀ ਦਾ ਰੂਪ ਰਾਵਣ ਦੇ ਬਦੀ ਦੇ ਰੂਪ ਦੇ ਵਿੱਚ ਅਡਾਨੀ ਅਤੇ ਅੰਬਾਨੀ ਅਤੇ ਮੋਦੀ ਦਾ ਪੁਤਲਾ ਫੂਕ ਕੇ ਇਹਨਾਂ ਨੂੰ ਚੇਤਾਵਨੀ ਦਿੱਤੀ ਆ ਕਿ ਆਉਣ ਵਾਲੇ ਦਿਨਾਂ ਵਿੱਚ ਅਸੀਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਜਿਹੜਾ ਤੁਸੀਂ ਇੱਥੇ ਕਿਸਾਨ ਵਿਰੋਧੀ ਐਕਟ ਲੈ ਕੇ ਆਉਂਦੇ ਆ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਅਸੀਂ ਹੁਣ ਇਹ ਅੰਦੋਲਨ ਮੱਠਾ ਨਹੀਂ ਪੈਣ ਦੇਵਾਂਗੇ। ਜਿਵੇਂ ਅਸੀਂ ਇਹ ਰਾਵਣਾਂ ਦੇ ਪੁਤਲੇ ਫੂਕ ਕੇ ਖਾਤਮਾ ਕੀਤਾ, ਉਵੇਂ ਅਸੀਂ ਆਰਡੀਨੈਂਸਾਂ ਦਾ ਵੀ ਖਾਤਮਾ ਕਰਾਂਗੇ ਅਤੇ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਦਲਾਲਾਂ ਦਾ, ਜਿਹੜੇ ਦੇਸ਼ ਦੇ ਵੱਡੇ ਰਾਵਣ ਆ ਜਿਨ੍ਹਾਂ ਤੋਂ ਇਸ ਟਾਈਮ ਸਾਨੂੰ ਖਤਰਾ ਹੈ, ਉਹਨਾਂ ਦਾ ਬਹੁਤ ਜਲਦੀ ਅਸੀਂ ਖਾਤਮਾ ਕਰਾਂਗੇ। ਅਤੇ ਪੰਜਾਬ ਦੇ ਕਿਸਾਨਾਂ ਨੂੰ, ਪੰਜਾਬ ਦੇ ਮਜ਼ਦੂਰਾਂ ਨੂੰ, ਦੁਕਾਨਦਾਰਾਂ ਨੂੰ, ਸਾਰੇ ਵਰਗਾਂ ਨੂੰ ਅਪੀਲ ਹੈ ਕਿ ਇਕੱਠੇ ਹੋ ਕੇ ਇਹਨਾਂ ਰਾਵਣਾਂ ਦਾ ਖਾਤਮਾ ਕਰੀਏ ਅਤੇ ਆਪਣੇ ਦੇਸ਼ ਨੂੰ ਬਚਾਈਏ। ਧੰਨਵਾਦ।